ਸਾਤਸ੍ਰੀ ਅਕਾਲ ਤੁਸੀਂ ਦੇਖ ਰਹੇ ਆ ਪੰਜਾਬ ਮੇਲ ਯੂਐਸਸੀ ਟੀਵੀ ਮੈਂ ਬਰਨ ਕੌਰ ਮਾਨ ਖਬਰਾਂ ਦੇ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਖਬਰਾਂ ਦੇ ਬਲਟਨ ਦੇ ਸਪான்ਸਰ ਰੀਅਲਟਰ ਗੁਰਜਤਿੰਦਰ ਸਿੰਘ ਰੰਦਾਵਾ ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵਿੱਚ ਜਾ ਸਕਦੇ ਆ ਇਹਨਾਂ ਦੇ ਫੋਨ ਨੰਬਰ ਸਕਰੀਨ ਤੇ ਦੇਖ ਸਕਦੇ ਹੋ ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ ਸੇਕਰਾਮੈਂਟੋ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗੋਲੀਬਾਰੀ ਤੇ ਹੋਰ ਘਟਨਾਵਾਂ ਲਈ ਲੜਿੰਦੇ 17 ਪੰਜਾਬੀਆਂ ਨੂੰ ਕੀਤਾ ਕਾਬੂ ਕੈਨੇਡਾ ਨੂੰ ਹਵਾਈ ਰਸਤੇ ਅੰਮ੍ਰਿਤਸਰ ਦੇ ਨਾਲ ਜੋੜਨ ਦੇ ਲਈ ਸੰਘਰਸ਼ ਕਰਦਾ ਰਹਾਂਗਾ ਪੋਲੇਵਰ ਦਾ ਬਿਆਨ ਪੰਜਾਬੀਆਂ ਨੂੰ ਨਵੇਂ ਤਰੀਕੇ ਪਰਮਾਉਣ ਲੱਗੇ ਠੱਗ ਬ੍ਰਿਟੇਨ ਦੇ ਗੁਰਦੁਆਰਾ ਸਾਹਿਬ ਦੇ ਨਾਂ ਤੇ ਇਸ਼ਤਿਹਾਰ ਜਾਰੀ ਸੂਡਾਨ ਵਿੱਚ ਤੀਜੇ ਦਿਨ ਵੀ ਸੰਘਰਸ਼ ਜਾਰੀ ਅਜੇ ਤੱਕ 180 ਤੋਂ ਵੱਧ ਲੋਕਾਂ ਦੀ ਮੌਤ ਅਮਰੀਕਾ ਕੈਲੀਫੋਰਨੀਆ ਦੇ ਬੋਰਨ ਤੇ ਗਨ ਪੁਆਇੰਟ ਤੇ ਪੰਜਾਬੀ ਡਰਾਈਵਰ ਤੋਂ ਟਰੱਕ ਖੋਇਆ ਅਮਰੀਕਾ ਨਿਊਯਾਰਕ ਵਿੱਚ ਗੁਪਤ ਚੀਨੀ ਪੁਲਿਸ ਚੌਂਕੀ ਦਾ ਹੋਇਆ ਖੁਲਾਸਾ ਦੋ ਵਿਅਕਤੀ ਗ੍ਰਿਫਤਾਰ ਅਮਰੀਕਾ ਤੇ ਪਾਈਵਾਲ ਮੂਲਕਾਂ ਵੱਲੋਂ ਕੋਰੀਅਨ ਪ੍ਰਾਇਦੀਪ ਦੇ ਚ ਮਸ਼ਕਾਂ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ ਸੈਕਰਮੈਂਟੋ ਕੈਲੀਫੋਰਨੀਆ ਉੱਤਰੀ ਕੈਲੀਫੋਰਨੀਆ ਦੀਆਂ ਕਈ ਕਾਉਂਟੀਆਂ ਦੇ ਵਿੱਚ ਫੈਲੇ ਪੰਜਾਬੀ ਭਾਈਚਾਰੇ ਦਾ ਅਪਰਾਧਿਕ ਮਾਮਲਿਆਂ ਦੀ ਜਾਂਚ ਤੇ ਮੱਦੇਨਜ਼ਰ 17 ਪੰਜਾਬੀ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅਪਰਾਧੀ ਸਟਾਕਟਨ ਸੈਕਰਮੈਂਟੋ ਅਤੇ ਹੋਰ ਸਥਾਨਾਂ ਵਿੱਚ ਸਿੱਖ ਗੁਰਦੁਆਰਾ ਸਾਹਿਬ ਦੇ ਵਿੱਚ ਗੋਲੀਬਾਰੀ ਦੇ ਨਾਲ ਤੇ ਹੋਰ ਮਾਮਲਿਆਂ ਦੇ ਨਾਲ ਸੰਬੰਧਿਤ ਨੇ ਵੱਖ-ਵੱਖ ਕਾਨੂੰਨੀ ਏਜੰਸੀਆਂ ਵੱਲੋਂ ਅਭਿਆਨ ਤਹਿਤ ਏਜੰਟਾਂ ਨੇ ਐਤਵਾਰ ਨੂੰ 20 ਥਾਵਾਂ ਤੇ ਸਰਚ ਵਾਰੰਟ ਚਲਾਏ ਅਤੇ 41 ਹਥਿਆਰ ਜ਼ਬਤ ਕੀਤੇ। ਕੁਝ ਹਥਿਆਰਾਂ ਵਿੱਚ ਇੱਕ AR-15, AK-47 ਹੈਂਡਗਨ ਅਤੇ ਘੱਟੋ-ਘੱਟ ਇੱਕ ਮਸ਼ੀਨ ਗਨ ਸ਼ਾਮਲ ਸੀ। ਕੈਲੀਫੋਰਨੀਆ ਦੇ ਟਾਰਨੀ ਜਰਨਲ ਦੇ ਦਫ਼ਤਰ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਇਹਨਾਂ ਅਫਸਰਾਂ ਨੂੰ ਸਰਟਰ ਕਾਉਂਟੀ, ਸੈਕਰਮੈਂਟੋ ਕਾਉਂਟੀ, ਸਾਨ ਵੌਂਕਿਨ, ਸੋਲਾਨੋ, ਯੂਲੋ ਅਤੇ ਮਰਸਡ ਕਾਉਂਟੀ ਵਿੱਚ ਪੰਜ ਕਤਲਾਂ ਸਮੇਤ ਕਈ ਹਿੰਸਕ ਅਪਰਾਧਾਂ ਅਤੇ ਗੋਲੀਬਾਰੀ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਸਟਰ ਕਾਉਂਟੀ ਦੀ ਜ਼ਿਲ੍ਹਾ ਅਟਾਰਨੀ ਜੈਨੀਫਰ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਪਿਛਲੇ ਕਈ ਸਾਲਾਂ ਤੋਂ ਸ਼ਾਂਤਮਈ ਸਿੱਖ ਭਾਈਚਾਰਾ ਇਨ੍ਹਾਂ ਅਪਰਾਧੀ ਲੋਕਾਂ ਦੁਆਰਾ ਕੀਤੀਆਂ ਗਈਆਂ ਹਿੰਸਾ ਦੀਆਂ ਕਾਰਵਾਈਆਂ ਦੇ ਨਾਲ ਜੂਝ ਰਿਹਾ ਹੈ ਦੁਪਰੇ ਨੇ ਕਿਹਾ ਇਹ ਹਿੰਸਾ 2018 ਵਿੱਚ ਸਿੱਖ ਪਰੇਡ ਵਿੱਚ ਮੁੱਠਪੇੜਾਂ ਅਤੇ ਤਲਵਾਰਾਂ ਦੇ ਹਮਲਿਆਂ ਨਾਲ ਸ਼ੁਰੂ ਹੋਈ ਅਤੇ ਗੋਲੀਬਾਰੀ ਤੱਕ ਵੱਧ ਗਈ ਤੇ ਬਾਅਦ ਵਿੱਚ ਸਤੰਬਰ 2021 ਚ ਯੂਬਾ ਸਿਟੀ ਚ ਇੱਕ ਵਿਆਹ ਦੀ ਪਾਰਟੀ ਵਿੱਚ ਗੋਲੀਬਾਰੀ ਹੋਈ ਉਦੋਂ ਤੋਂ ਸਮੂਹ 10 ਹੋਰ ਗੋਲੀਬਾਰੀ ਵਿੱਚ ਸ਼ਾਮਲ ਹੋਏ ਅਤੇ ਹੁਣ ਤੱਕ ਕੁੱਲ 11 ਆਦਮੀਆਂ ਨੂੰ ਗੋਲੀ ਮਾਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਵਿੱਚ ਅਗਸਤ 2022 ਵਿੱਚ ਸਟਾਕਟਨ ਚ ਸਿੱਖ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਬਾਰੀ ਕਰਨ ਵਾਲੇ 5 ਵਿਅਕਤੀ ਅਤੇ ਪਿਛਲੇ ਮਹੀਨੇ ਸੈਕਰਮੈਂਟੋ ਵਿੱਚ ਸਿੱਖ ਗੁਰਦੁਆਰਾ ਸਾਹਿਬ ਦੇ ਵਿੱਚ 2 ਵਿਅਕਤੀਆਂ ਨੂੰ ਗੋਲੀ ਮਾਰੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਦਸੰਬਰ 2022 ਵਿੱਚ ਬੁੱਡਲੈਂਡ ਗੋਲੀਬਾਰੀ ਤੋਂ ਪੈਦਾ ਹੋਏ ਕਤਲ ਅਤੇ ਕਤਲ ਦੀ ਕੋਸ਼ਿਸ਼ ਤੇ ਦੋਸ਼ੀ ਢੇਠ ਦੋ ਲੋਕ ਭਾਰਤ ਵਿੱਚ ਕਈ ਕਤਲਾਂ ਲਈ ਲੜਿੰਦੇ ਨੇ, ਅਟਾਰਨੀ ਜਰਨਲ ਰੌਬ ਨੇ ਕਿਹਾ। ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸਟ ਏਜੰਡਾ ਅਤੇ ਸਰਟਰ ਕਾਉਂਟੀ ਵਿੱਚ ਲਾਅ ਇਨਫੋਰਸਮੈਂਟ ਏਜੰਸੀਆਂ ਦੁਆਰਾ ਸਹਿਯੋਗ ਕੰਮ ਕਰਨ ਦੇ ਢੰਗ ਅਤੇ ਤੇਜ਼ ਕਾਰਵਾਈ ਲਈ ਧੰਨਵਾਦੀ ਹਾਂ ਕਿਸੇ ਵੀ ਪਰਿਵਾਰ ਨੂੰ ਕਦੇ ਵੀ ਆਂਡ ਗੁਆਨ ਦੇ ਵਿੱਚ ਗੋਲੀਬਾਰੀ ਜਾਂ ਬੰਦੂਕ ਦੀ ਹਿੰਸਾ ਦੇ ਹੋਰ ਰੂਪਾਂ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ ਜਿੱਤੇ ਉਹਨਾਂ ਦੇ ਬੱਚੇ ਰਹਿੰਦੇ ਅਤੇ ਖੇਡਦੇ ਨੇ ਅਟਾਰਨੀ ਜਰਨਲ ਦਫ਼ਤਰ ਦੇ ਅਨੁਸਾਰ ਕੈਲੀਫੋਰਨੀਆ ਦੇ ਨਿਆਂ ਵਿਭਾਗ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਕਈ ਸਥਾਨਕ ਏਜੰਸੀਆਂ ਸਮੇਤ ਘੱਟੋ-ਘੱਟ 20 ਏਜੰਸੀਆਂ ਨੇ ਜਾਂਚ ਵਿੱਚ ਹਿੱਸਾ ਲਿਆ ਦੁਪਹਿਰੇ ਨੇ ਕਿਹਾ ਕਿ ਜਾਂਚ ਵਿੱਚ ਸ਼ਾਇਦ ਘੱਟੋ-ਘੱਟ 5 ਤੋਂ ਲਾਅ ਇਨਫੋਰਸਮੈਂਟ ਏਜੰਸੀਆਂ ਵਾਲੇ ਅਧਿਕਾਰੀ ਸ਼ਾਮਲ ਨੇ ਗ੍ਰੋਹ ਦੇ ਸ਼ੱਕੀ ਮੈਂਬਰਾਂ ਅਤੇ ਉਹਨਾਂ ਦੇ ਸਾਥੀਆਂ ਨੂੰ ਸਲਾਖਾਂ ਪਿੱਛੇ ਸੁੱਟ ਰਿਹਾ ਅਧਿਕਾਰੀਆਂ ਨੇ ਕਿਹਾ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਦੀ ਕਾਰਵਾਈ ਨੇ ਦੋ ਹੋਰ ਗੋਲੀਬਾਰੀ ਹੋਣ ਤੋਂ ਰੋਕੀ ਹੈ ਯੂਵਾ ਸਟਰਨੋਕੋਟੇ ਕਤੇ ਗੈਂਗ ਇਨਫੋਰਸਮੈਂਟ ਟਾਸਕ ਫੋਰਸ ਯੂਵਾ ਸਿਟੀ ਪੁਲਿਸ ਡਿਪਾਰਟਮੈਂਟ ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਸਪੈਸ਼ਲ ਆਪਰੇਸ਼ਨ ਯੂਨਿਟ ਕੈਲੀਫੋਰਨੀਆ ਹਾਈਵੇ ਪੈਟਰੋਲ ਸਪੈਸ਼ਲ ਆਪਰੇਸ਼ਨ ਯੂਨਿਟ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਯੂਐਸ ਡਰਗ ਇਨਫੋਰਸਮੈਂਟ ਵਿਚਕਾਰ ਸਾਂਝੇ ਯਤਨਾਂ ਦੇ ਹਿੱਸੇ ਵਜੋਂ ਜਾਂਚ ਫਰਵਰੀ 2023 ਵਿੱਚ ਸ਼ੁਰੂ ਹੋਈ ਸੀ ਲਾ ਇਨਫੋਰਸਮੈਂਟ ਏਜੰਸੀਆਂ ਦੁਆਰਾ ਇਸ ਆਪਰੇਸ਼ਨ ਨੂੰ ਬ੍ਰੋਕਨ ਸਵੋਰਡ ਦਾ ਨਾਮ ਦਿੱਤਾ ਗਿਆ ਸੈਕਰਮੈਂਟੀ ਕਾਉਂਟੀ ਦੇ ਜ਼ਿਲ੍ਹਾ ਟਾਰਨੀ ਥੇਨ ਹੋ ਨੇ ਕਿਹਾ ਕਿ ਦੇਸ਼ ਅਤੇ ਜਾਂਚ ਕਿਸੇ ਵੀ ਤਰੀਕੇ ਨਾਲ ਸਿੱਖ ਭਾਈਚਾਰੇ ਨੂੰ ਪ੍ਰਤੀਬਿੰਬਤ ਜਾਂ ਪ੍ਰਭਾਵਿਤ ਨਹੀਂ ਕਰਦੇ ਨੇ ਜੋ ਇਸ ਖੇਤਰ ਵਿੱਚ ਵੱਡੇ ਭਾਈਚਾਰੇ ਦਾ ਇੱਕ ਮਹੱਤਵਪੂਰਨ ਹਿੱਸਾ ਨੇ ਪੰਜਾਬੀ ਭਾਈਚਾਰਾ ਜਿੱਥੇ ਇਹਨਾਂ ਮਾੜੇ ਅੰਤਰਾਂ ਨੂੰ ਫੜੇ ਜਾਣ ਤੇ ਹੈਰਾਨ ਤੇ ਸ਼ੋਕ ਵਿੱਚ ਇੱਥੇ ਇਹਨਾਂ ਨੂੰ ਫੜੇ ਜਾਣ ਤੇ ਖੁਸ਼ ਹੈ ਕਿ ਦੀ ਬੀਤੇ ਦਿਨ ਜੋ ਸਿਕਰਮੈਂਟੋ ਇੱਕ ਨਗਰ ਕੀਰਤਨ ਦੌਰਾਨ ਇਹਨਾਂ ਵੱਲੋਂ ਗੋਲੀਬਾਰੀ ਕਰਨ ਸਾਰੇ ਭਾਈਚਾਰੇ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਤੇ ਨਗਰ ਕੀਰਤਨ ਵਿਚਾਲੇ ਹੀ ਬੰਦ ਕਰਨਾ ਪਿਆ ਸੀ ਇਹਨਾਂ ਦੀਆਂ ਗ੍ਰਿਫਤਾਰੀਆਂ ਕਾਰਨ ਜਿੱਥੇ ਲਾਅ ਇਨਫੋਰਸਮੈਂਟ ਏਜੰਸੀਆਂ ਨੂੰ ਕੁਝ ਰਾਹਤ ਮਿਲੀ ਹੈ ਉੱਥੇ ਹੁਣ ਭਾਈਚਾਰੇ ਨੂੰ ਵੀ ਸੁੱਖ ਦਾ ਸਾਹ ਆਇਆ ਹੈ ਕੈਨੇਡਾ ਦੀ ਵਿਰੋਧੀ ਧਿਰ ਦੇ ਆਗੂ ਪੀਆਰ ਨੇ ਕੈਨੇਡਾ ਦੇ ਵਿਕਾਸ ਲਈ ਪਾਈ ਯੋਗਦਾਨ ਦੇ ਲਈ ਸਿੱਖ ਪਾਈਚਾਰੇ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਮੁੜ ਚੁੱਕਣ ਦਾ ਵਾਅਦਾ ਕੀਤਾ ਸਿੱਖਾਂ ਨੂੰ ਵਿਸਾਖੀ ਦੀ ਵਧਾਈ ਦਿੰਦਿਆਂ ਉਹਨਾਂ ਨੇ ਕੈਨੇਡਾ ਨੂੰ ਹਵਾਈ ਰਸਤੇ ਸਿੱਧਾ ਅੰਮ੍ਰਿਤਸਰ ਦੇ ਨਾਲ ਜੋੜਨ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਉਹ ਉਡਾਣਾਂ ਸ਼ੁਰੂ ਹੋਣ ਤੱਕ ਸੰਘਰਸ਼ ਕਰਦੇ ਰਹਿਣਗੇ ਉਹਨਾਂ ਨੇ ਕਿਹਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਥਾਂ ਗੱਲਾਂ ਕਰਕੇ ਡੰਗਟ ਪਾ ਰਹੇ ਨੇ ਉਹਨਾਂ ਨੇ ਅੰਕੜਿਆਂ ਦਾ ਹਵਾਲੇ ਦੇ ਨਾਲ ਮੰਨਿਆ ਹੈ ਕਿ ਕੈਨੇਡਾ ਤੋਂ ਭਾਰਤ ਆਉਣ ਜਾਣ ਵਾਲਿਆਂ 'ਚ ਅਕਸਰ ਪੰਜਾਬੀਆਂ ਦੀ ਬਹੁਤਾਤ ਹੁੰਦੀ ਹੈ ਜਿਨ੍ਹਾਂ ਨੂੰ ਦਿੱਲੀ ਤੋਂ ਆਪਣੇ ਘਰਾਂ ਤੱਕ ਪਹੁੰਚਣਾ ਸੌਖਾ ਨਹੀਂ ਇਸ ਲਈ ਉਹਨਾਂ ਦੀ ਸਹੂਲਤ ਦੇ ਲਈ ਕੈਨੇਡਾ ਨੂੰ ਹਵਾਈ ਰਸਤੇ ਸਿੱਧਾ ਅੰਮ੍ਰਿਤਸਰ ਦੇ ਨਾਲ ਜੋੜਨਾ ਜ਼ਰੂਰੀ ਹੈ ਅਤੇ ਉਹਨਾਂ ਦੀ ਪਾਰਟੀ ਇਸ ਵਾਸਤੇ ਹਰ ਸਤੰਭ ਬਯਤਨ ਕਰਦੀ ਰਹੇਗੀ ਉਹਨਾਂ ਨੇ ਦਾਵਾ ਕੀਤਾ ਹੈ ਕਿ ਅਗਲੀਆਂ ਸੰਸਦ ਦੀ ਚੋਣਾਂ ਦੇ ਵਿੱਚ ਉਹਨਾਂ ਦੀ ਪਾਰਟੀ ਵੱਡੇ ਬਹੁਮਤ ਦੇ ਨਾਲ ਜਿੱਤ ਹਾਸਲ ਕਰੇਗੀ ਬ੍ਰਿਟੇਨ ਦੇ ਇੱਕ ਗੁਰਦੁਆਰਾ ਸਾਹਿਬ ਨੇ ਧੋਖਾਧੜੀ ਕਰਨ ਵਾਲੇ ਲੋਕਾਂ ਵੱਲੋਂ ਆਪਣਾ ਤਰੀਕਾ ਬਦਲਣ ਤੋਂ ਬਾਅਦ ਚੇਤਾਵਨੀ ਜਾਰੀ ਕੀਤੀ ਹੈ ਕਿਉਂਕਿ ਠੱਗ ਕਰਨ ਵਾਲਿਆਂ ਨੇ ਭਾਰਤ ਵਿੱਚ ਲੋਕਾਂ ਤੋਂ ਪੈਸੇ ਲੈਣ ਦੇ ਇਰਾਦੇ ਦੇ ਨਾਲ ਨੌਕਰੀ ਅਤੇ ਵੀਜ਼ਾ ਦੇ ਝੂਠੇ ਵਾਅਦੇ ਕਰਕੇ ਭਾਰਤੀਆਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਸੀ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਕੈਂਟ ਆਨਲਾਈਨ ਦੀ ਰਿਪੋਰਟ ਦੇ ਅਨੁਸਾਰ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਨੇ ਆਪਣੇ ਸੋਸ਼ਲ ਮੀਡੀਆ ਪੰਨਿਆਂ ਦੇ ਉੱਤੇ ਉਦੋਂ ਚੇਤਾਵਨੀ ਜਾਰੀ ਕੀਤੀ ਜਦੋਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਨੌਕਰੀ ਦੇ ਮੌਕਿਆਂ ਦੇ ਲਈ ਮੁਫਤ ਭੋਜਨ ਅਤੇ ਯਾਤਰਾ ਦੀਆਂ ਟਿਕਟਾਂ ਦੀ ਪੇਸ਼ਕਸ਼ ਕਰਨ ਵਾਲੇ ਯੂਕੇ ਚ ਤੁਰੰਤ ਲੋੜ ਹੈ ਦੇ ਸਿਰਲੇਖ ਵਾਲੇ ਜਲ ਇਸ਼ਤਿਹਾਰਾਂ ਬਾਰੇ ਸੰਕੇਤ ਮਿਲੇ ਗੁਰਦੁਆਰਾ ਸਾਹਿਬ ਦੇ ਜਰਨਲ ਸੱਤਰ ਜਗਦੇਵ ਸਿੰਘ ਬਿਰਦੀ ਨੇ ਕਿਹਾ ਕਿ ਪਿਛਲੇ ਹਫਤੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਲੜਕੀ ਆਈ ਸੀ ਜੋ ਇੱਥੇ ਹੈ ਪਰ ਉਸਦੇ ਪਿਤਾ ਭਾਰਤ ਵਿੱਚ ਨੇ ਤੇ ਉਹ ਦੇਖਣਾ ਚਾਹੁੰਦੀ ਸੀ ਕਿ ਉਹ ਇੱਥੇ ਆ ਸਕਦੇ ਨੇ ਵਿਰਦੀ ਕੈਂਟ ਆਨਲਾਈਨ ਨੂੰ ਦੱਸਿਆ ਗਿਆ ਹੈ ਕਿ ਲੜਕੀ ਦੇ ਪਿਤਾ ਨੂੰ ਇਸ ਇਸ਼ਤਿਹਾਰ ਬਾਰੇ ਸਾਵਧਾਨ ਕੀਤਾ ਗਿਆ ਸੀ ਅਤੇ ਉਹ ਦੇਖਣ ਦੇ ਲਈ ਆਈ ਸੀ ਕਿ ਇਹ ਅਸਲੀ ਹੈ ਜਾਂ ਨਹੀਂ ਇਸ ਤਰ੍ਹਾਂ ਸਾਨੂੰ ਪਹਿਲੀ ਵਾਰ ਇਸ ਬਾਰੇ ਪਤਾ ਲੱਗਾ ਇਸ ਤੋਂ ਬਾਅਦ ਦਰਜਨ ਦੇ ਕਰੀਬ ਲੋਕਾਂ ਨੇ ਇੰਟਰਨੈਟ ਤੇ ਫੈਲੇ ਇਸ਼ਤਿਹਾਰ ਬਾਰੇ ਜਾਣਕਾਰੀ ਲਈ ਗੁਰਦੁਆਰਾ ਪ੍ਰਬੰਧਕਾਂ ਦੇ ਨਾਲ ਸੰਪਰਕ ਕਰਕੇ ਅਤੇ ਲੋਕਾਂ ਨੂੰ WhatsApp ਰਾਹੀਂ ਸੰਪਰਕ ਕਰਨ ਦੇ ਲਈ ਕਿਹਾ ਖਬਰਾਂ ਦੇ ਮੁਤਾਬਕ ਕੁਝ ਲੋਕ ਪਹਿਲਾਂ ਹੀ ਪਾਸਪੋਰਟ ਦੀ ਜਾਣਕਾਰੀ ਅਤੇ ਨਿੱਜੀ ਵੇਰਵਿਆਂ ਦਾ ਆਦਾਨ-ਪ੍ਰਦਾਨ ਕਰਨ ਦੀ ਪ੍ਰਕਿਰਿਆ ਚੋਂ ਲੰਘ ਚੁੱਕੇ ਨੇ ਵਿਰਦੀ ਨੇ ਕਿਹਾ ਕਿ ਧੋਖੇਬਾਜ਼ਾਂ ਨੇ ਗੁਰਦੁਆਰਾ ਸਾਹਿਬ ਦੇ ਸਮਾਨ ਇੱਕ ਵੈਬਸਾਈਟ ਡੋਮੇਨ ਅਤੇ ਈਮੇਲ ਪਤਾ ਸਥਾਪਿਤ ਕੀਤਾ ਹੈ ਵਿਰਦੀ ਨੇ ਕੈਂਟ ਆਨਲਾਈਨ ਨੂੰ ਦੱਸਿਆ ਕਿ ਉਹ ਫਰਜ਼ ਦੀਆਂ ਚਿੱਠੀਆਂ ਦੇ ਰਹੇ ਨੇ ਜਿਵੇਂ ਕਿ ਇਹ ਗੁਰਦੁਆਰਾ ਸਾਹਿਬ ਤੋਂ ਨੌਕਰੀ ਦੀ ਪੇਸ਼ਕਸ਼ ਹੈ ਫਿਰ ਉਹ ਉਹਨਾਂ ਨੂੰ ਕਹਿ ਰਹੇ ਨੇ ਤੁਹਾਡੇ ਕੋਲ ਹੁਣ ਨੌਕਰੀ ਦੀ ਪੇਸ਼ਕਸ਼ ਹੈ ਇਸ ਲਈ ਜੇਕਰ ਤੁਸੀਂ ਇਹਨੇ ਪੈਸੇ ਦੇ ਦਿੰਦੇ ਹੋ ਤਾਂ ਅਸੀਂ ਵੀਜ਼ਾ ਅਤੇ ਯਾਤਰਾ ਦੀ ਟਿਕਟ ਦਾ ਪ੍ਰਬੰਧ ਕਰਾਂਗੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਨੇ ਆਪਣੀ ਵੈੱਬਸਾਈਟ ਤੇ ਪੋਸਟ ਕੀਤਾ ਹੈ ਕਿਰਪਾ ਕਰਕੇ ਧਿਆਨ ਰੱਖੋ ਕਿ ਹੇਠਾਂ ਦਿੱਤੇ ਫਲਾਇਰ ਦੀ ਵਰਤੋਂ ਗੁਰਦੁਆਰਾ ਸਾਹਿਬ ਵਿਖੇ ਯੂਕੇ ਦਾ ਵੀਜ਼ਾ ਅਤੇ ਨੌਕਰੀ ਪ੍ਰਾਪਤ ਕਰਨ ਦੇ ਝੂਠੇ ਵਾਅਦੇ ਦੇ ਨਾਲ ਵਿਅਕਤੀਆਂ ਤੋਂ ਧੋਖੇ ਨਾਲ ਫੰਡ ਪ੍ਰਾਪਤ ਕਰਨ ਦੇ ਲਈ ਕੀਤੀ ਜਾ ਰਹੀ ਹੈ ਕਿਰਪਾ ਕਰਕੇ ਇਸ ਵਿਅਕਤੀ ਨਾਲ ਕਿਸੇ ਵੀ ਦਸਤਾਵੇਜ਼ ਜਾਂ ਪੈਸੇ ਦਾ ਵਟਾਂਦਰਾ ਨਾ ਕਰੋ ਅੱਗੇ ਕਿਹਾ ਗਿਆ ਹੈ ਕਿ ਹਾਲਾਂਕਿ ਚਿੱਤਰ ਗੁਰੂ ਨਾਨਕ ਦਰਬਾਰ ਗੁਰਦੁਆਰਾ ਨੂੰ ਦਰਸਾਉਂਦਾ ਹੈ ਇਹ ਜੀਐਨਡੀ ਹੀ ਗ੍ਰਿਪਸੈਂਡ ਨਾਲ ਸੰਬੰਧਿਤ ਨਹੀਂ ਹੈ ਵਿਰਦੀ ਨੇ ਕਿਹਾ ਕਿ ਅਪਰਾਧਾਂ ਦੀ ਸੂਚਨਾ ਕੈਂਟ ਪੁਲਿਸ ਅਤੇ ਨੈਸ਼ਨਲ ਹੋਮ ਆਫਿਸ ਤੋਂ ਐਕਸ਼ਨ ਫਰਾਡ ਦੋ ਮਾਨ ਨੂੰ ਦਿੱਤੀ ਗਈ ਹੈ। ਸੂਡਾਨ ਵਿੱਚ ਲਗਾਤਾਰ ਤੀਜੇ ਦਿਨ ਵੀ ਫੌਜ ਤੇ ਇੱਕ ਸ਼ਕਤੀਸ਼ਾਲੀ ਅਰਧ ਸੈਨਿਕ ਬਲ ਵਿਚਾਲੇ ਸੰਘਰਸ਼ ਜਾਰੀ ਰਿਹਾ ਸੂਡਾਨ ਦੇ ਲਈ ਸੰਯੁਕਤ ਰਾਸ਼ਟਰ ਜਰਨਲ ਸਕੱਤਰ ਤੇ ਵਿਸ਼ੇਸ਼ ਨੁਮਾਇੰਦਿਆਂ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦੇ ਸਿਖਰਲੇ ਦੋ ਜਰਨਲ ਪ੍ਰਤੀ ਵਫਾਦਾਰ ਫੌਜ ਬਲਾਂ ਵਿਚਾਲੇ ਲੜਾਈ 180 ਤੋਂ ਵੱਧ ਲੋਕ ਮਾਰੇ ਗਏ ਨੇ ਦੇਸ਼ ਦੀ ਰਾਜਧਾਨੀ ਖਰਤਮ ਤੇ ਇਸ ਦੇ ਨਾਲ ਲੱਗੇ ਸ਼ਹਿਰ ਓਮਰਮ ਵਿੱਚ ਹਵਾਈ ਹਮਲੇ ਤੇ ਗੋਲੀਬਾਰੀ ਤੇਜ਼ ਹੋ ਗਈ ਹੈ ਫੌਜ ਹੈੱਡਕੁਆਰਟਰ ਨੇੜੇ ਲਗਾਤਾਰ ਗੋਲੀਬਾਰੀ ਹੋਣ ਦੀ ਆਵਾਜ਼ ਸੁਣਦੀ ਰਹੀ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਵਿਦੇਸ਼ ਵਿਸ਼ੇਸ਼ ਨੁਮਾਇੰਦਿਆਂ ਬਲੋਕਰ ਪਰਥੇਸ਼ ਨੇ ਕਿਹਾ ਕਿ ਸ਼ਨੀਵਾਰ ਨੂੰ ਸ਼ੁਰੂ ਹੋਏ ਸੰਘਰਸ਼ ਵਿੱਚ ਹੁਣ ਤੱਕ 1800 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਸੰਘਰਸ਼ ਵਿੱਚ ਜ਼ਖਮੀਆਂ ਦੀ ਗਿਣਤੀ ਤੇ ਨਜ਼ਰ ਰੱਖ ਰਹੇ ਲੋਕਤੰਤਰ ਸਮਰਥਕ ਸਮੂਹ ਸੁਡਾਨ ਡਾਕਟਰਸ ਸਿੰਡੀਕੇਟ ਨੇ ਇਸ ਤੋਂ ਪਹਿਲਾਂ ਦਿਨ ਵਿੱਚ ਦੱਸਿਆ ਸੀਗਾ ਕਿ ਹੁਣ ਤੱਕ 97 ਲੋਕ ਮਾਰੇ ਗਏ ਨੇ ਇਸ ਵਿਚਾਲੇ ਹਿੰਸਾ ਖਤਮ ਕਰਨ ਦੇ ਲਈ ਸੁਡਾਨ ਤੇ ਕੋਟਨੀਤਿਕ ਦਬਾਅ ਬat ਰਹਾਂ ਅਮਰੀਕੀ ਵਿਦੇਸ਼ ਮੰਤਰੀ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਯੂਰੋਪੀ ਸੰਘ ਦੇ ਵਿਦੇਸ਼ ਨੀਤੀ ਮੁਖੀ ਅਰਬ ਲੀਗ ਦੇ ਮੁਖੀ ਤੇ ਅਫਰੀਕੀ ਸੰਗ ਕਮਿਸ਼ਨ ਦੇ ਮੁਖੀ ਸਮੇਤ ਵਿਖਰਲੇ ਡਿਪਲੋਮੈਟਸ ਨੇ ਦੋਵਾਂ ਪੱਖਾਂ ਨੂੰ ਲੜਾਈ ਬੰਦ ਕਰਨ ਦੀ ਅਪੀਲ ਕੀਤੀ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨੇ ਕਿਹਾ ਕਿ ਉਹ ਅਰਬ ਲੀਗ, ਅਫਰੀਕੀ ਸੰਘ ਤੇ ਖੇਤਰ ਦੇ ਆਗੂਆਂ ਦੇ ਨਾਲ ਗੱਲ ਕਰ ਰਹੇ ਨੇ ਤੇ ਸੰਘਰਸ਼ ਖਤਮ ਕਰਨ ਦੇ ਲਈ ਅਪੀਲ ਕਰ ਰਹੇ ਨੇ। ਲੰਗੀ 12 April ਨੂੰ ਕਲੀਵਿਲੈਂਡ, Ohio ਦੀ ਜਸਟ ਟਰਕਿੰਗ ਦੇ ਮਾਲਕ ਅਤੇ ਡਰਾਈਵਰ ਕੋਲੋਂ ਬੌਨ, ਕੈਲੀਫੋਰਨੀਆ ਦੇ ਪਾਇਲਟ ਟਰੱਕ ਸਟਾਪ ਤੋਂ ਸ਼ਾਮੀ 5:30 ਵਜੇ ਦਿਨ ਦਿਹਾੜੇ ਗਨਪੁਆਇੰਟਡ ਟਰੱਕ ਖੋਣ ਦੀ ਘਟਨਾ ਸਾਹਮਣੇ ਆਈ ਸਤਨਾਮ ਸਿੰਘ ਜੋ ਕਿ ਫ੍ਰੀਜ਼ਰੋ ਏਰੀਆ ਚੋਂ ਟਰੱਕ ਲੋਡ ਕਰਕੇ ਹਾਇਓਵਲ ਜਾ ਰਿਹਾ ਸੀ ਕਿ ਬੌਨ ਟਾਊਨ ਦੇ ਪਾਇਲਟ ਟਰੱਕ ਸਟਾਪ ਤੇ ਤੇਲ ਪਾਉਣ ਦੇ ਲਈ ਰੁਕਿਆ ਉੱਥੇ ਇੱਕ ਮੈਕਸੀਕਨ ਮੂਲ ਦੇ ਬੰਦੇ ਨੇ ਉਸ ਤੋਂ ਰਾਈਡ ਮੰਗੀ ਤਾਂ ਉਸਨੇ ਆਪਣੀ ਸੇਫਟੀ ਲਈ ਟੀਮ ਡਰਾਈਵਰ ਦਾ ਬਹਾਨਾ ਲਾ ਕੇ ਉਸਨੂੰ ਮਨ੍ਹਾ ਕਰ ਦਿੱਤਾ ਜਦੋਂ ਉਹ ਤੇਲ ਭਰਾ ਰਿਹਾ ਸੀ ਅਤੇ ਸ਼ੀਸ਼ੇ ਸਾਫ਼ ਕਰ ਰਿਹਾ ਸੀ ਟਰੱਕ ਉਸ ਸਮੇਂ ਜ਼ਿਆਦਾ ਤੌਰ ਤੇ ਟਰੱਕ ਸਟਾਰਟ ਅਤੇ ਅਨਲੌਕ ਕੀ ਹੁੰਦੇ ਨੇ ਮੋਗਾ ਤਾਣ ਕੇ ਦੋਸ਼ੀ ਟਰੱਕ ਵਿੱਚ ਡਰਾਈਵਰ ਸੀਟ ਤੇ ਬੈਠ ਗਿਆ ਜਦੋਂ ਸਤਨਾਮ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗਨ ਕੱਢ ਲਈ ਅਤੇ ਗਨ ਪੁਆਇੰਟ ਤੇ ਟਰੱਕ ਅਗਵਾ ਕਰਕੇ ਲੈ ਗਿਆ ਜਦੋਂ ਉਸ ਨੇ ਦੇਖਿਆ ਕਿ ਟਰੱਕ ਲੋਡਡ ਹੋਣ ਕਰਕੇ ਬਹੁਤ ਭਜ ਨਹੀਂ ਰਿਹਾ ਤਾਂ ਹਾਈਵੇ 52 ਈਸਟ ਬੋਰਡ ਤੇ ਉਸ ਨੇ ਬਿਨਾਂ ਲੈਂਡਿੰਗ ਗੀਅਰ ਡਾਊਨ ਕੀਤਿਆਂ ਟਰੈਲਰ ਸ਼ੋਲਡਰ ਤੇ ਛੱਡ ਦਿੱਤਾ ਤੇ ਇਕੱਲਾ ਬੋਬ ਟੇਲ ਟਰੱਕ ਲੈ ਕੇ ਫਰਾਰ ਹੋ ਗਿਆ ਪੁਲਿਸ ਨਾਲ ਕੀਤੀ ਗਈ ਟਰੱਕ ਵਿੱਚ ਜੀਪੀਐਸ ਲੱਗਾ ਹੋਇਆ ਹੋਣ ਕਰਕੇ ਪੁਲਿਸ ਨੇ ਵੋਲਵੋ ਟਰੱਕ ਨੂੰ ਮੁਲਜ਼ਮ ਸਮੇਤ ਬੋਰਸੋਟੋ ਏਰੀਆ ਤੋਂ ਫ੍ਰੀਵੇ 15 ਤੋਂ ਲੱਭਿਆ ਤੇ ਦੋਸ਼ੀ ਨੂੰ ਗਨ ਸਮੇਤ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਦੋਸਤੋ ਜਦੋਂ ਟਰੱਕ ਸਟਾਪਾਂ ਤੇ ਤੇਲ ਵਗੈਰਾ ਪੌਣੇ ਹੁੰਨੇਓ ਧਿਆਨ ਰੱਖਿਆ ਕਰੋ ਟਰੱਕ ਵਿੱਚੋਂ ਭਲਾ 2 ਮਿੰਟ ਲਈ ਬਾਹਰ ਨਿਕਲਣਾ ਹੋਵੇ ਟਰੱਕ ਨੂੰ ਲੋਕ ਲਾਓ ਅਤੇ ਚੱਕੰਨੇ ਰਹੋ ਸਾਰਾ ਕੰਮ ਤੰਦਾ ਕਰੋ ਕਿਉਂਕਿ ਕ੍ਰਿਮੀਨਲ ਲੋਕਾਂ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਕਿੱਥੇ ਕਿਸ ਘਟਨਾ ਨੂੰ ਅੰਜਾਮ ਦੇ ਜਾਣ ਨਿਊਯਾਰਕ ਸ਼ਹਿਰ ਵਿੱਚ ਚੀਨ ਸਰਕਾਰ ਵੱਲੋਂ ਇੱਕ ਖੁਫੀਆ ਪੁਲਿਸ ਚੌਂਕੀ ਸਥਾਪਿਤ ਕਰਨ 'ਚ ਮਦਦ ਕਰਨ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਨਾਲ ਹੀ ਚੀਨ ਦੇ ਰਾਸ਼ਟਰੀ ਪੁਲਿਸ ਵੱਲ ਦੇ ਤਿੰਨ ਦਰਜਨ ਤੋਂ ਬਾਅਦ ਅਧਿਕਾਰੀਆਂ ਤੇ ਅਮਰੀਕਾ ਵਿੱਚ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਹੈ ਨਿਆਂ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਇਹ ਮਾਮਲਾ ਚੀਨੀ ਜਨਤਕ ਸੁਰੱਖਿਆ ਮੰਤਰਾਲਾ ਦੇ ਇੱਕ ਸਥਾਨਕ ਸ਼ਾਖਾ ਨਾਲ ਸੰਬੰਧਿਤ ਹੈ ਜੋ ਐਫ ਵੀ ਆਈ ਦੀ ਜਾਂਚ ਦੇ ਦਰਮਿਆਨ ਮੈਨਹਟਨ ਦੇ ਚਾਈਨ ਟਾਊਨ ਵਿੱਚ ਇੱਕ ਦਫ਼ਤਰ ਦੀ ਇਮਾਰਤ ਦੇ ਅੰਦਰ ਕੰਮ ਕਰਦੀ ਸੀ ਨਿਆਂ ਵਿਭਾਗ ਦੇ ਅਨੁਸਾਰ ਚੌਂਕੀ ਸਥਾਪਿਤ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀ ਇੱਕ ਚੀਨੀ ਸਰਕਾਰੀ ਅਧਿਕਾਰੀ ਦੇ ਨਿਰਦੇਸ਼ ਅਤੇ ਨਿਯੰਤਰਣ ਹੇਠ ਕੰਮ ਕਰ ਰਹੇ ਸਨ ਅਤੇ ਜਾਂਚਬਾਰੀ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੇ ਉਸ ਅਧਿਕਾਰੀ ਨਾਲ ਸੰਪਰਕ ਬੰਦ ਕਰ ਦਿੱਤਾ ਉੱਤਰੀ ਕੋਰੀਆ ਦੀਆਂ ਪਰਮਾਣੂ ਸਮਰੱਥ ਮਿਜ਼ਾਈਲਾਂ ਦੀ ਵੱਧਦੀ ਚਣੌਤੀ ਦੇ ਟਾਕਰੇ ਲਈ ਅਮਰੀਕਾ, ਦੱਖਣੀ ਕੋਰੀਆ ਤੇ ਜਾਪਾਨ ਵੱਲੋਂ ਕੋਰੀਆਈ ਪ੍ਰਾਇਦੀਪ ਨੇੜੇ ਸਮੁੰਦਰ ਵਿੱਚ ਸਾਂਝੀਆਂ ਮਸ਼ਕਾਂ ਕੀਤੀਆਂ ਗਈਆਂ। ਪਿਛਲੇ ਹਫਤੇ ਉੱਤਰੀ ਕੋਰੀਆ ਨੇ ਅੰਤਰਮਹਾਦੀਪ ਬੈਲਿਸਟਿਕ ਮਿਜ਼ਾਈਲ ਦਾ ਪਹਿਲੀ ਵਾਰ ਪ੍ਰੀਖਣ ਕੀਤਾ ਸੀ ਜਿਸ ਦਾ ਮੁਸ਼ਕਲ ਨਾਲ ਪਤਾ ਲਗਾਇਆ ਜਾ ਸਕਦਾ ਹੈ ਅਤੇ ਅਮਰੀਕੀ ਟਿਕਾਣਿਆਂ ਨੂੰ ਸਿੱਧਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਦੱਖਣੀ ਕੋਰੀਆ, ਅਮਰੀਕਾ ਤੇ ਜਾਪਾਨ ਦੀਆਂ ਸਾਂਝੀਆਂ ਮਸ਼ਕਾਂ ਤੋਂ ਉੱਤਰ ਕੋਰੀਆ ਪਰੇਸ਼ਾਨ ਗਿਆ ਹੈ ਅਤੇ ਉਸਨੇ ਅਮਰੀਕਾ ਵੱਲੋਂ ਆਪਣੇ ਏਸ਼ੀਅਨ ਭਾਈਵਾਲਾਂ ਨਾਲ ਕੀਤੀ ਜਾਰੀਆਂ ਫੌਜੀ ਮਸ਼ਕਾਂ ਨੂੰ ਹਮਲੇ ਦਾ ਅਭਿਆਸ ਕਰਾਰ ਦਿੱਤਾ ਹੈ ਦੱਖਣੀ ਕੋਰੀਆ ਦੀ ਜਲ ਸੈਨਾ ਨੇ ਕਿਹਾ ਕਿ ਮਸ਼ਕਾਂ ਦੇਸ਼ ਦੇ ਪੂਰਬੀ ਕੰਢੇ ਸਥਿਤ ਕਮਾਂਤਰੀ ਪਾਣੀਆਂ ਛੁਈਆਂ ਨੇ ਅਮਰੀਕਾ ਅਤੇ ਦੱਖਣੀ ਕੋਰੀਆ ਨੇ ਐਫ 35 ਲੜਾਕੂ ਜੈਟਾਂ ਸਮੇਤ 110 ਜੰਗੀ ਜਹਾਜ਼ਾਂ ਦੀ ਫੌਜੀ ਮਸ਼ਕਾਂ ਚ ਵਰਤੋਂ ਕੀਤੀ ਜੋ 28 April ਤੱਕ ਚੱਲੀ ਰਹਿਣਗੀਆਂ ਇਸ ਦੌਰਾਨ ਦੱਖਣੀ ਕੋਰੀਆ ਤੇ ਜਾਪਾਨ ਦੇ ਸੀਨੀਅਰ ਕੋਟ ਦਿੱਕਾਂ ਅਤੇ ਰੱਖਿਆ ਅਧਿਕਾਰੀਆਂ ਦੀ 5 ਸਾਲਾਂ ਦੇ ਵਖਵੇ ਮਗਰੋਂ ਸੁਰੱਖਿਆ ਮੀਟਿੰਗ ਵੀ ਹੋਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਇੱਕ ਮਜ਼ਬੂਤ ਸ਼ਾਂਤਮਈ ਤੇ ਸਤਿਭਾਵਨਾ ਵਾਲੇ ਵਿਸ਼ਵ ਭਾਈਚਾਰੇ ਦੀ ਨੀਂਹ ਰੱਖਣ ਦੇ ਲਈ ਮਿਲ ਕੇ ਕੰਮ ਕਰ ਰਹੇ ਨੇ ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਵਿਭਿੰਨਤਾ ਦਾ ਜਸ਼ਨ ਮਨਾਉਂਦੇ ਹਾਂ ਸਮਾਵੇਸ਼ਤਾ ਜਸ਼ਨ ਮਨਾਉਂਦੇ ਹਾਂ ਤਾਂ ਇਹ ਵੀ ਬਹੁਤ ਨਾਮ ਪੂਰਨ ਹੁੰਦਾ ਹੈ ਕਿ ਅਝੀਹਾ ਕਰਦੇ ਸਮੇ ਅਸੀਂ ਬਹੁਤ ਸਾਰੇ ਹਾਂ ਪੱਖੀ ਵਿਚਾਰ ਸਾਂਝੇ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਅੱਜ ਜਦੋਂ ਅਸੀਂ ਇਕੱਠੇ ਹੋਣ ਦਾ ਜਸ਼ਨ ਮਨਾਉਂਦੇ ਹਾਂ ਇਹ ਉਹ ਭਾਵਨਾ ਹੈ ਜੋ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਕੰਟਰੋਲ ਕਰਦੀ ਹੈ ਆਪਣੀਆਂ ਚੜ੍ਹੋਤੀਆਂ ਅਤੇ ਅੰਦਰੂਨੀ ਸਮੱਸਿਆਵਾਂ ਦੇ ਨਾਲ ਦੋ ਲੋਕਤੰਤਰਾਂ ਦੀ ਹਾਂ ਪੱਖੀ ਸੋਚ ਵਾਲਾ ਰਿਸ਼ਤਾ ਪਰ ਅਸੀਂ ਉਹਨਾਂ ਨੂੰ ਆਪਣੇ ਵੱਜੂ ਸਵੀਕਾਰ ਕਰਦੇ ਹਾਂ ਪਰ ਅਸੀਂ ਉਹਨਾਂ ਨੂੰ ਤੁਹਾਡੇ ਤੇ ਹਾਵੀ ਨਾ ਹੋਣ ਦਿੰਦੇ ਸੀਤਾਰਮਨ ਨੇ ਦੇਸ਼ ਦੀ ਵਿਪੰਨਤਾ ਦਾ ਜਸ਼ਨ ਮਨਾਉਣ ਦੇ ਲਈ ਭਾਰਤੀ ਦੂਤਕਰ ਲੋ ਆਯੋਜਿਤਿਕ ਸਮਾਰੋਹ ਭਾਰਤੀ ਅਮਰੀਕੀਆਂ ਨੂੰ ਕਿਹਾ ਕਿ ਅਸੀਂ ਇਕੱਠੇ ਹਾਂ ਅਤੇ ਇੱਕ ਮਜ਼ਬੂਤ ਸ਼ਾਂਤਮਈ ਅਤੇ ਇੱਕ ਸੁਰਵਸ਼ਪਾਈ ਚਾਰੇ ਲਈ ਠੋਸ ਨੀਂਹ ਰੱਖ ਰਹੇ ਹਾਂ ਮੈਨੂੰ ਲੱਗਦਾ ਹੈ ਇਸ ਲਈ ਅਮਰੀਕਾ ਚ ਭਾਰਤੀ ਭਾਈਚਾਰੇ ਭਾਰਤੀ ਮੂਲ ਦੇ ਲੋਕਾਂ ਦਾ ਯੋਗਦਾਨ ਅਹਿਮ ਹੈ ਇਸ ਮੌਕੇ ਅਮਰੀਕਾ ਦੇ ਵਿੱਚ ਭਾਰਤ ਦੇ ਰਾਸ਼ਦੂਤ ਰਣਜੀਤ ਸਿੰਘ ਸੰਧੂ ਨੇ ਕਿਹਾ ਕਿ G20 ਦੇ ਮੌਜੂਦਾ ਪ੍ਰਧਾਨ ਦੇ ਰੂਪ ਵਿੱਚ ਭਾਰਤ ਆਪਣੀ ਸਮਰੱਥਾ ਅਤੇ ਸਫਲਤਾ ਦੁਨੀਆ ਦੇ ਨਾਲ ਸਾਂਝੀ ਕਰਨ ਨੂੰ ਤਿਆਰ ਹੈ ਉਹ ਇਹ ਸਾਂਝਾ ਕਰਨ ਦੇ ਲਈ ਤਿਆਰ ਹੈ ਕਿ ਟੀਕੀਆਂ ਅਤੇ ਹੁਨਰ ਨੂੰ ਲੈ ਕੇ ਡਿਜੀਟਲ ਜਨਤਕ ਲਾਭ ਤੱਕ ਅਤੇ ਨਾਲ ਹੀ ਅਸੀਂ ਦੂਸਰਿਆਂ ਨੂੰ ਕੀ ਸਿੱਖਿਆ ਹੈ ਦੂਸਰਿਆਂ ਤੋਂ ਕੀ ਸਿੱਖਿਆ ਹੈ ਉਹਨਾਂ ਨੇ ਕਿਹਾ ਕਿ ਭਾਰਤ ਦੁਨੀਆ ਤੋਂ ਆਪਣੀ ਸਮਰੱਥਾ ਅਤੇ ਸਫਲਤਾ ਸਾਂਝੀ ਕਰਨ ਨੂੰ ਤਿਆਰ ਹੈ ਅਮਰੀਕਾ ਚ ਲੌਰੈਂਸ ਬਿਸ਼ਨੋਈ ਅਤੇ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਗੈਂਗ ਵਿਚਾਰੇ ਗੈਂਗਵਾਰ ਹੋਣ ਦੀ ਸੰਭਾਵਨਾ ਨੂੰ ਲੈ ਕੇ ਅਮਰੀਕਾ ਦੀ ਖੁਫੀਆ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਾਨੀ ਕਿ ਐਫ ਵੀ ਆਈ ਅਤੇ ਪੁਲਿਸ ਨੇ ਕੈਲੀਫੋਰਨੀਆ ਚ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ ਐਤਵਾਰ ਰਾਤ ਨੂੰ ਕੀਤੀ ਗਈ ਕਾਰਵਾਈ ਦੇ ਵਿੱਚ 16 ਗੁਰਗਿਆਂ ਨੂੰ ਹਿਰਾਸਤ ਵਿੱਚ ਲੈ ਕੇ 30 ਹਥਿਆਰ ਅਫੀਮ ਸਟੀਰੋਇਡ ਅਤੇ ਹੈਰੋਇਨ ਬਰਾਮਦ ਕੀਤੀ ਗਈ ਪੰਜਾਬੀ ਗਾਇਕ ਸਿੱਧੂ ਮਸੇਵਾਲ ਦੇ ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ ਪਾਵੇਂ ਪੁਲਿਸ ਦੇ ਹੱਥ ਨਹੀਂ ਲੱਗਾ ਔਰ ਉਸਦੇ ਦੋ ਸਾਥੀਆਂ ਪਵਿੱਤਰ ਸਿੰਘ ਅਤੇ ਸੰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਵਿੱਤਰ ਸਿੰਘ ਅਤੇ ਸੰਦੀਪ ਦੇ ਮੋਬਾਈਲਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਗੋਲਡੀ ਬ੍ਰਾਂਡ ਤੱਕ ਪਹੁੰਚ ਕੀਤੀ ਜਾ ਸਕੇ FBI ਇਸ ਕੱਲ ਦਾ ਪਤਾ ਲਗਾ ਰਹੀ ਹੈ ਕਿ ਕਿਹੜੇ ਖਾਤੇ ਆ ਅਤੇ ਕਿਸ ਹਵਾਲਾ ਨੈਟਵਰਕ ਰਾਹੀਂ ਇਸ ਗਰੋ ਨੂੰ ਭਾਰਤ ਤੋਂ ਫਿਰੌਤੀ ਦੀ ਰਕਮ ਮਿਲਦੀ ਹੈ ਭਾਰਤ ਸਰਕਾਰ ਵੱਲੋਂ ਸੌਂਪੀ ਗਈ ਸੂਚੀ ਅਨੁਸਾਰ FBI ਲਾਰੈਂਸ ਦੇ ਕਰੀਬੀ ਗੋਲਡੀ ਬ੍ਰਾਂਡ ਸਮੇਤ ਜੱਗੂ ਭਗਵਾਨਪੁਰੀਆ ਨਾਲ ਜੁੜੇ ਗਰੋ ਨੂੰ ਫੜਨ ਦੇ ਲਈ 2 ਮਹੀਨਿਆਂ ਤੋਂ ਕੰਮ ਕਰ ਰਹੀ ਹੈ ਜਾਂਚ ਤੋਂ ਪਤਾ ਲੱਗਾ ਹੈ ਕਿ ਅਮਰਤਪਾਲ ਸਿੰਘ ਬਲ ਜੱਗੂ ਭਗਵਾਨਪੁਰੀਆ ਨੂੰ ਫਰौती ਦੀਆਂ ਕਾਲਾਂ ਕਰਦਾ ਹੈ ਉਸ ਦੇ ਨਾਲ ਦੇ ਭਾਰਤ ਵਿੱਚ ਪੈਸੇ ਵਸੂਲਣ ਦਾ ਕੰਮ ਕਰਦੇ ਨੇ ਅਜਿਹਾ ਇੱਕ ਨੈਟਵਰਕ ਗੋਲਡੀ ਬਰਾਡ ਚਲਾ ਰਿਹਾ ਹੈ FBI ਅਮਰੀਕਾ ਦੇ 7 ਸ਼ਹਿਰਾਂ ਵਿੱਚ ਇਹਨਾਂ ਦੋਵਾਂ ਗੈਂਗਾਂ ਦੀ ਹਰ ਗਤੀਵਿਧੀ ਤੇ ਨਜ਼ਰ ਰੱਖ ਰਹੀ ਹੈ ਉਸ ਨੂੰ ਇਨਪੁਟਸ ਮਿਲੇ ਸਨ ਕਿ ਦੋਵੇਂ ਗੈਂਗ ਅਮਰੀਕਾ ਦੇ ਦੋ ਵੱਡੇ ਸ਼ਹਿਰਾਂ 'ਚ ਵਿਸਾਖੀ ਦੇ ਪ੍ਰੋਗਰਾਮ 'ਚ ਖੂਨ ਖਰਾਬਾ ਕਰ ਸਕਦੇ ਨੇ ਜਿਸ ਤੋਂ ਬਾਅਦ ਭਾਰਤੀ ਸਮੇਂ ਦੇ ਮੁਤਾਬਕ ਐਤਵਾਰ ਅੱਧੀ ਰਾਤ ਨੂੰ ਕੈਲੀਫੋਰਨੀਆ 'ਚ 50 ਤੋਂ ਵੱਧ ਟੀਮਾਂ ਨੇ ਮਿਲ ਕੇ ਛਾਪੇਮਾਰੀ ਕੀਤੀ ਆਪਰੇਸ਼ਨ ਸਵੇਰੇ 5 ਵਜੇ ਸਮਾਪਤ ਹੋਇਆ ਸਾਰੀਆਂ ਟੀਮਾਂ ਕੈਲੀਫੋਰਨੀਆ ਦੇ ਯੂਵਾ ਸਿਟੀ ਸਥਿਤ ਹੈੱਡਕੁਆਰਟਰ ਤੇ ਵੁਲਜ਼ਮਾ ਤੋਂ ਪੁੱਛਗਿੱਛ ਕਰ ਰਹੀਆਂ ਨੇ ਹਾਲਾਂਕਿ ਕੁਝ ਭਾਰਤੀ ਲੜਕੀਆਂ ਤੋਂ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਦੋਵਾਂ گروਹਾਂ ਦੇ ਨਾਲ ਕੋਈ ਸੰਬੰਧ ਨਹੀਂ ਸੀ। ਉਜ਼ਬੇਕਿਸਤਾਨ ਦੇ ਇੱਕ ਨਾਗਰਿਕ ਨੂੰ ਕਸਟਮ ਵਿਭਾਗ ਨੇ ਸੋਨੇ ਦੀ ਤਸਕਰੀ ਦੇ ਇੱਕ ਮਾਮਲੇ 'ਚ ਗ੍ਰਿਫਤਾਰ ਕੀਤਾ। ਜ਼ਬਤ ਕੀਤਾ ਗਿਆ ਸੋਨੇ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਤਕਰੀਬ 1 ਕਰੋੜ 68 ਲੱਖ ਰੁਪਏ ਦੱਸੀ ਜਾ ਰਹੀ ਹੈ ਰਾਜஸ்தானੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੇ ਕਸਟਮ ਵਿਭਾਗ ਦੀ ਟੀਮ ਨੇ 골ਡ ਤਸਕਰੀ ਦੇ ਇੱਕ ਬਹੁਤ ਵੱਡੇ ਮਾਮਲੇ ਦਾ ਖੁਲਾਸਾ ਕੀਤਾ ਹੈ ਕਸਟਮ ਵਿਭਾਗ ਨੇ 3 ਕਿਲੋ 208 ਗ੍ਰਾਮ ਸੋਨਾ ਬਰਾਮਦ ਕੀਤਾ ਹੈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀ ਕੀਮਤ ਕਰੀਬ 1 ਕਰੋੜ 68 ਲੱਖ ਰੁਪਏ ਦੱਸੀ ਜਾ ਰਹੀ ਹੈ ਕਸਟਮ ਅਧਿਕਾਰੀਆਂ ਦਾ ਕਹਿਣਾ ਹੈ ਕਿ 골ਡ ਤਸਕਰੀ ਉਜ਼ਬੇਕਿਸਤਾਨ ਦੇ ਹਵਾਈ ਯਾਤਰੀ ਵੱਲੋਂ ਕੀਤੀ ਗਈ ਦੋਸ਼ੀ 13 April ਨੂੰ 15 gold chain ਤੇ 17 gold ਦੇ ਦੂਜੇ ਆਈਟਮਸ ਨੂੰ ਲੁਕੋ ਕੇ ਦਿੱਲੀ 에어ਪੋਰਟ ਪਹੁੰਚਿਆ ਜਦੋਂ ਉਸ ਯਾਤਰੀ ਨੂੰ ਲੱਗਾ ਕਿ ਐਕਸਰੇ ਮਸ਼ੀਨ 'ਚ ਜਾਂਚ ਦੌਰਾਨ ਉਹ ਫੜਿਆ ਜਾਏਗਾ ਉਹ gold ਲੁਕੋ ਕੇ 에어ਪੋਰਟ ਤੋਂ ਪਛ ਗਿਆ ਜਦੋਂ ਉਸਨੇ ਸਮਾਨ ਦੀ ਜਾਂਚ ਕੀਤੀ ਤਾਂ ਉਸਦੇ ਟਰਾਲੀ ਤੋਂ ਇੱਕ gold बरामद ਹੋਇਆ ਅਮਰੀਕਾ ਕੈਨੇਡਾ ਅਤੇ ਇੰਗਲੈਂਡ ਵਾਂਗ ਇਟਲੀ ਵੀ ਅਜਿਹਾ ਮੁੱਲਕ ਹੈ ਜਿੱਥੇ ਭਾਰਤੀਆਂ ਦੀ ਭਾਰੀ ਗਿਣਤੀ ਹੈ ਇਟਲੀ ਵਿੱਚ ਪੰਜਾਬੀਆਂ ਨੇ ਜਿੱਥੇ ਮਿਹਨਤ ਕਰਕੇ ਵੱਡੀਆਂ ਮੱਲਾਂ ਵੀ ਮਾਰੀਆਂ ਨੇ ਚੰਗੀ ਪੜ੍ਹਾਈ ਹਾਸਲ ਕਰਨ ਤੋਂ ਬਾਅਦ ਭਾਰਤੀਆਂ ਦੀ ਨਵੀਂ ਪੀੜੀ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਦੇ ਵਿੱਚ ਸਫਲ ਰਹੀ ਹੈ ਹੁਣ ਇਟਲੀ ਵਿਛਲੇ ਭਾਰਤੀ ਰਾਜਨੀਤੀ ਵਿੱਚ ਵੀ ਆਪਣਾ ਹੱਥ ਅਜਮਾ ਰਹੇ ਨੇ ਇਟਲੀ ਵਿੱਚ ਰਾਜੂ ਖੰਭ ਅਤੇ ਦਲਜੀਤ ਕੌਰ ਦੀ 20 ਸਾਲਾ ਸੁਪੁੱਤਰੀ ਜੈਸਿਕਾ ਕੌਰ ਉਫਲਾ ਕਮੂਨੇ ਤੋਂ ਰੀਨੋਵਾ ਮੈਨ ਤੋਂ ਪਪੂਲਾਰੇ ਪਾਰਟੀ ਵੱਲੋਂ ਸਲਾਹ ਕਰਦੀ ਚੋਣ ਲੜਨ ਜਾ ਰਹੀ ਹੈ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਮੋਰਿੰਡਾ ਸ਼ਹਿਰ ਨਾਲ ਸੰਬੰਧਿਤ ਜੈਸਿਕਾ ਨੇ ਇਟਲੀ ਵਿੱਚ ਪੜਾਈ ਵਜੋਂ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਹੋਇਆ ਹੈ ਫੈਡਰਲ ਐਨ ਡੀ ਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਵੱਲੋਂ ਸੀਬੀਸੀ ਦੀ ਜਿਹੜੀ ਨੁਕਤਾਚੀਨੀ ਕੀਤੀ ਗਈ ਹੈ ਉਹ ਕੈਨੇਡੀਅਨ ਸੱਭਾ ਚਾਰ ਉੱਤੇ ਹੀ ਨਹੀਂ ਸਗੋਂ ਖਾਸ ਤੌਰ ਉੱਤੇ ਕਿਊਬੈਕ ਅਤੇ ਫ੍ਰੈਂਚ ਕਮਿਊਨਿਟੀ ਉੱਤੇ ਸਿੱਧਾ ਹਮਲਾ ਹੈ ਜ਼ਿਕਰਯੋਗ ਹੈ ਕਿ ਟਵਿੱਟਰ ਵੱਲੋਂ ਸੀਬੀਸੀ ਦੇ ਮੇਨ ਅਕਾਊਂਟ ਉੱਤੇ ਐਤਵਾਰ ਨੂੰ ਇਹ ਲੇਬਲ ਲਗਾ ਦਿੱਤਾ ਗਿਆ ਸੀ ਕਿ ਬ੍ਰਾਡਕਾਸਟਰ ਸਰਕਾਰ ਵੱਲੋਂ ਫੰਡ ਪ੍ਰਾਪਤ ਮੀਡੀਆ ਹੈ ਫ੍ਰੈਂਚ ਵਿੱਚ ਇਸ ਮੁੱਦੇ ਉੱਤੇ ਗੱਲ ਕਰਦਿਆਂ ਜਗਮੀਤ ਸਿੰਘ ਨੇ ਉਕਤ ਗੱਲ ਆਖੀ ਇਸ ਮਗਰੂੂ ਸੀਬੀਸੀ ਨੇ ਟਵਿੱਟਰ ਦੀ ਵਰਤੋਂ ਉੱਤੇ ਰੋਕ ਲਗਾਉਣ ਦਾ ਸੋਮਵਾਰ ਨੂੰ ਐਲਾਨ ਕਰ ਦਿੱਤਾ ਜ਼ਿਕਰ ਯੋਗ ਹੈ ਕਿ ਸੀਬੀਸੀ ਨੂੰ ਸਾਲਾਨਾ ਟੈਕਸ ਤਦਾਵਾਂ ਦੇ ਪੈਸਿਆਂ ਵਿੱਚੋਂ 1 ਬਿਲੀਅਨ ਡਾਲਰ ਹਾਸਲ ਹੁੰਦੇ ਨੇ ਪਰ ਉਹਨਾਂ ਵੱਲੋਂ ਇਸ ਠੱਪੇ ਨੂੰ ਗਲਤ ਦੱਸਿਆ ਗਿਆ ਕਿਉਂਕਿ ਉਹ ਆਪਣੀ ਐਡੀਟੋਰੀਅਲ ਆਜ਼ਾਦੀ ਨੂੰ ਮੇਨਟੇਨ ਕਰਦਾ ਹੈ ਤੇ ਇਹ ਫੰਡਿੰਗ ਪਾਰਲੀਮੈਂਟ ਵਿੱਚ ਵੋਟ ਕਰਵਾਏ ਜਾਣ ਤੋਂ ਬਾਅਦ ਹੀ ਉਸ ਨੂੰ ਹਾਸਲ ਹੋਈ ਦੂਜੇ ਪਾਸੇ ਪੋਲੀਐਵਰ ਵੱਲੋਂ ਇਸ ਫੰਡਿੰਗ ਨੂੰ ਖਤਮ ਕਰਨ ਦੀ ਲਗਾਤਾਰ ਗੱਲ ਕੀਤੀ ਜਾਂਦੀ ਰਹੀ ਹੈ ਇੱਥੇ ਹੀ ਬਾਤ ਨਹੀਂ ਹੈ ਪਿਛਲੇ ਹਫਤੇ ਪੋਲੀਐਵਰ ਵੱਲੋਂ ਟਵਿੱਟਰ ਨੂੰ ਇੱਕ ਪੱਤਰ ਲਿਖ ਕੇ ਇਹ ਬੇਨਤੀ ਕੀਤੀ ਗਈ ਕਿ ਸੀਬੀਸੀ ਨਿਊਜ਼ ਉੱਤੇ ਸਰਕਾਰ ਵੱਲੋਂ ਫੰਡ ਪ੍ਰਾਪਤ ਮੀਡੀਆ ਦਾ ਠੱਪਾ ਲਗਾ ਦਿੱਤਾ ਚਾਏ ਪਰ ਇਸ ਪੱਤਰ ਵਿੱਚ ਬ੍ਰਾਡਕਾਸਟਰ ਦੇ ਫ੍ਰੈਂਚ ਭਾਸ਼ਾ ਵਾਲੇ ਵਿੰਗ ਰੇਡੀਓ ਕੈਨੇਡਾ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਜਗਮੀਤ ਸਿੰਘ ਨੇ ਆਖਿਆ ਕਿ ਇਹ ਆਜ਼ਾਦ ਪੱਤਰਕਾਰਾਂ ਉੱਤੇ ਹੀ ਹਮਲਾ ਨਹੀਂ ਹੈ ਸਗੋਂ ਕੈਨੇਡੀਅਨ ਸੱਭਿਆਚਾਰ ਉਤੇ ਹਮਲਾ ਹੈ ਇੰਜ ਲੱਗ ਰਿਹਾ ਹੈ ਜਿਵੇਂ ਕੋਈ ਕਯੂਬਿਕ ਕਲਚਰ ਉਤੇ ਹਮਲਾ ਕਰ ਰਿਹਾ ਹੋਵੇ ਦਿਨਵੇਲੇ ਬਲੌਕ ਕਯੂਬ ਕਯੂ ਦੇ ਆਕੋ ਯਾ ਵੇਸ ਬਲਾਂਸ਼ੇ ਨੇ ਵੀ ਟਵਿੱਟਰ ਉਤੇ ਆਖਿਆ ਕਿ ਪੋਲੀਐਵਰ ਗੰਦੀ ਵਿਚਾਰਤਾਰਕ ਖੇਡ ਖੇਡ ਰਹੇ ਨੇ ਉਹ ਸਿੱਧੇ ਤੌਰ ਉਤੇ ਫ੍ਰੈਂਚ ਭਾਸ਼ਾ ਬੋਲਣ ਵਾਲਿਆਂ ਤੇ ਜਾਣਕਾਰੀ ਹਾਸਲ ਕਰਨ ਦੇ ਅਧਿਕਾਰ ਉਤੇ ਨਿਸ਼ਾਨਾ ਸਾਧ ਰਹੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਪੋਲੀਐਵਰ ਦੇ ਇਸ ਕਦਮ ਦੀ ਨਿੰਦਾ ਕੀਤੀ ਗਈ ਪੰਟੋਰੀਓ ਦੇ ਸਿੱਖਿਆ ਮੰਤਰੀ ਵੱਲੋਂ ਪ੍ਰੋਵਿੰਸ਼ੀਅਲ ਤਰਜੀਹਾਂ ਕਾਇਮ ਕਰਨ ਦੇ ਲਈ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ ਸਟੀਫਨ ਲੀਚੇ ਦਾ ਕਹਿਣਾ ਹੈ ਕਿ ਸਕੂਲ ਬੋਰਡ ਦੇ ਲਈ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਟ੍ਰਸਟ ਦੇ ਬੋਰਡ ਅਧਿਕਾਰਗਲੀ ਟ੍ਰੇਡਿੰਗ ਤੇ ਸਕੂਲ ਬੋਰਡੀਆਂ ਵਾਦੂ ਪ੍ਰੋਪਰਟੀਆਂ ਨੂੰ ਹਾਊਸਿੰਗ ਲਈ ਵਰਤਣਾ ਇਨ੍ਹਾਂ ਤਰਜੀਹਾਂ 'ਚ ਸ਼ਾਮਲ ਹੈ ਇਨ੍ਹਾਂ ਤਬਦੀਲੀਆਂ ਤੇ ਕਈ ਹੋਰ ਨੁਕਤਿਆਂ ਨੂੰ ਸਟੀਫਨ ਲੀਚੇ ਵੱਲੋਂ ਪੇਸ਼ ਕੀਤੇ ਗਏ ਐਜੂਕੇਸ਼ਨ ਬਿਲ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਨੇ ਆਖਿਆ ਕਿ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਲਿਆਉਣ ਦੇ ਨਾਲ-ਨਾਲ ਰੀਡਿੰਗ ਰਾਈਟਿੰਗ ਤੇ ਮੈਥਸ ਸਿੱਖਿਆ ਦੇ ਲਈ ਮੂਲ ਜਾਣਕਾਰੀ ਨੂੰ ਮਜ਼ਬੂਤ ਕਰਨਾ ਇਸ ਨਵੇਂ ਬਿੱਲ ਦਾ ਮਕਸਦ ਹੈ ਇਸ ਨਾਲ ਐਜੂਕੇਸ਼ਨ ਸਿਸਟਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇਗਾ ਇਹ ਬਿੱਲ ਪਾਸ ਹੋਣ ਵਗੋਂ ਸਕੂਲ ਬੋਰਡਸ ਲਈ ਸਰਕਾਰ ਵੱਲੋਂ ਨਵੀਆਂ ਤਰਜੀਹਾਂ ਤੈਅ ਕੀਤੀਆਂ ਜਾਣਗੀਆਂ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੀਡਿੰਗ ਰਾਈਟਿੰਗ ਤੇ ਮੈਥ ਵਰਗੇ ਖੇਤਰਾਂ 'ਚ ਉਹ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਉੱਤੇ ਵਧੇਰੇ ਧਿਆਨ ਕੇਂਦਰਿਤ ਕਰਕੇ ਵਿਲ ਵਿੱਚ ਅਧਿਆਪਕਾਂ ਦੀ ਸਿੱਖਿਆ ਨੂੰ ਆਧੁਨਿਕ ਰੂਪ ਦੇਣ ਅਨੁਸ਼ਾਸਨੀ ਪ੍ਰਕਿਰਿਆ ਨੂੰ ਵਧੇਰੇ ਕਾਰਗਰ ਬਣਾਉਣ ਤੇ ਮਾਪਿਆਂ ਦੀ ਸ਼ਮੂਲੀਅਤ ਨੂੰ ਵਧਾਉਣ ਵੱਲ ਵੀ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ ਨੀਚੇ ਦੇ ਆਖਿਆ ਕੇ ਟਿਊਟੋਰੀਓ ਵਿੱਚ ਵਰਲਡ ਕਲਾਸ ਆ ਚੁੱਕੇ ਸਿਸਟਮ ਹੈ ਪਰ ਕੁਝ ਸਕੂਲ ਲੰਬੇ ਸਮੇਂ ਤੋਂ ਬਿਹਤਰ ਕਾਰਗੁਜ਼ਾਰੀ ਨਹੀਂ ਵਿਖਾ ਰਹੇ ਇਸ ਲਈ ਇਹਨਾਂ ਤਬਦੀਲੀਆਂ ਨਾਲ ਮੌਲਿਕ ਹੁਨਰ ਵਿੱਚ ਨਿਖਾਰ ਆਏਗਾ ਤੇ ਇਹ ਵੀ ਦੱਸਿਆ ਜਾ ਸਕੀਗਾ ਕਿ ਸਕੂਲ ਬੋਰਡਸ ਨੂੰ ਕਿਵੇਂ ਚਲਾਇਆ ਜਾਂਦਾ ਹੈ ਤੇ ਉਹਨਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਵੀਕੈਂਡ ਉੱਤੇ ਇਟੋ ਬੀਕੋ ਵਿੱਚ ਕਾਤਕ ਹਿੱਟ ਐਂਡ ਰਨ ਨੂੰ ਅੰਜਾਮ ਦੇਣ ਵਾਲੇ ਡਰਾਈਵਰ ਨੂੰ ਟ੍ਰਾਂਟੋ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਸਵੇਰੇ 8:30 ਵਜੇ ਦੇ ਨੇੜੇ ਦੇਡੇ ਐਬਰਫੋਇਲ ਕ੍ਰੀਸੈਂਟ ਕੋਲ ਬਲੂਅਰ ਸਟਰੀਟ ਬੈਸਟ ਉੱਤੇ ਜਾ ਰਹੀ ਗੱਡੀ ਨੇ ਇੱਕ 69 ਸਾਲਾ ਮਹਿਲਾ ਨੂੰ ਟੱਕਰ ਮਾਰ ਦਿੱਤੀ। ਮਹਿਲਾ ਨੂੰ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਦੋਸ਼ ਲਗਾਇਆ ਕਿ ਜਸ ਲਾਲ ਰੰਗ ਦੀ ਟੋਇਟਾ ਪ੍ਰਾਈਸ ਕੱਟੇ ਵੱਲੋਂ ਟੱਕਰ ਮਾਰੀ ਗਈ। ਉਸ ਦਾ ਡਰਾਈਵਰ ਮੌਕੇ ਉੱ ਦੋ ਮਾਰ ਨੂੰ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਉਸਨੇ ਆਤਮਸਮਰਪਣ ਕਰ ਦਿੱਤਾ ਹੈ ਤੇ ਉਸਦੀ ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ ਟੋਰਾਂਡੋ ਦੀ 66 ਸਾਲਾ ਸੂਜ਼ਨ ਨੂੰ ਹਾਦਸੇ ਜਿਸ ਕਾਰਨ ਮੌਤ ਹੋਈ ਨੂੰ ਅੰਜਾਮ ਦੇਣ ਤੇ ਫਿਰ ਮੌਕੇ ਉੱਤੇ ਨਾ ਰੁਕਣ ਲਈ ਚਾਰਜ ਕੀਤਾ ਗਿਆ ਅਨਟਾਰੀਓ ਦੀ ਲਿਬਰਲ ਪਾਰਟੀ ਇਸ ਸਾਲ ਨਵੰਬਰ ਦੇ ਅਖੀਰ ਤੱਕ ਆਪਣਾ ਨਵਾਂ ਲੀਡਰ ਚੁਣ ਲੈ ਕੇ ਇਸ ਦੇ ਨਤੀਜੇ 2 ਦਸੰਬਰ ਨੂੰ ਸਾਹਮਣੇ ਆਉਣਗੇ ਐਤਵਾਰ ਨੂੰ ਪਾਰਟੀ ਦੇ ਐਗਜ਼ੀਕਿਟਿਵ ਵੱਲੋਂ ਇਸ ਸੰਬੰਧ ਵਿੱਚ ਐਲਾਨ ਕੀਤਾ ਗਿਆ ਜ਼ਿਕਰਯੋਗ ਹੈ ਕਿ 2022 ਵਿੱਚ ਚੋਣਾਂ ਦੌਰਾਨ ਲੜਿੰਦੀਆਂ ਸੀਟਾਂ ਬਿਨਾਂ ਜਿੱਤ ਪਾਉਣ ਬਗਰੋ ਤਤਕਾਲੀ ਪਾਰਟੀ ਆਗੂ ਸਟੀਵਨ ਨੇ ਅਸਤੀਫਾ ਦੇ ਦਿੱਤਾ ਸੀ ਉਸ ਸਮੇਂ ਲਿਬਰਲ ਪਾਰਟੀ ਦੀ ਲੜੀਵਾਰ ਦੂਜੀ ਹਾਰ ਹੋਈ ਸੀ ਲਿਬਰਲਸ ਦੇ ਵੱਲੋਂ ਆਪਣਾ ਆਗੂ ਚੁਣੇ ਜਾਣ ਦੇ ਲਈ ਨਿਯਮਾਂ ਤੇ ਸਮਾਂ ਸੀਮਾ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਅਹੁਦੇ ਲਈ ਐਮਪੀ ਨੇਟ ਸਮਿਥ ਐਮਪੀ ਤੇ অন্ਟਾਰੀਓ ਤੋਂ ਸਾਬਕਾ ਕੈਬਨਟ ਮੰਤਰੀ ਯਾਸਿਰ ਤੇ ਮੌਜੂਦਾ ਪ੍ਰੋਵਿੰਸ਼ੀਅਲ ਕੌਕਸ ਮੈਂਬਰ ਤੇ ਸਾਬਕਾ ਐਮਪੀ ਟੈਡ ਹਸੂ ਸੰਭਾਭੀ ਉਮੀਦਵਾਰਾਂ ਦੇ ਵਿੱਚ ਸ਼ਾਮਲ ਨੇ ਪਾਰਟੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਅਹੁਦੇ ਦੀ ਦੌੜ ਦੌਰਾਨ ਉਹਨਾਂ ਵੱਲੋਂ ਪ੍ਰੋਵਿੰਸ ਭਰ ਵਿੱਚ 5 ਡਿਬੇਟਸ ਕਰਵਾਈਆਂ ਜਾਣਕੀਆਂ ਲਿਬਰਲਸ ਨੇ ਆਖਿਆ ਕਿ ਜਲਦੀ ਹੀ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਦੇ ਲਈ ਤਰੀਕ ਤਾਂ ਐਲਾਨ ਕਰ ਦਿੱਤਾ ਜਾਏਗਾ ਇਸ ਲਈ ਡੈਡਲਾਈਨ 5 ਸਤੰਬਰ ਰੱਖੀ ਗਈ ਹੈ ਤੇ ਉਮੀਦਵਾਰਾਂ ਨੂੰ ਐਂਟਰੀ ਫੀਸ ਦੇ ਰੂਪ ਦੇ ਵਿੱਚ 100 ਡਾਲਰ ਤੇ ਰਿਫੰਡੇਬਲ 25000 ਡਾਲਰ ਦਾ ਡਿਪੋਜ਼ਿਟ ਜਮ੍ਹਾਂ ਕਰਵਾਉਣਾ ਹੋਏਗਾ ਪੂਰਬੀ ਚੀਨ ਦੇ ਜਿੰਗਜਾਂਗ ਸੂਬੇ ਦੇ ਜ਼ਨਹੁਆ ਸ਼ਹਿਰ ਵਿੱਚ ਇੱਕ ਫੈਕਟਰੀ ਦੀ ਇਮਾਰਤ 'ਚ ਅੱਗ ਲੱਗਣ ਕਾਰਨ ਕੱਟੋ-ਕੱਟ 11 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਮੰਗਲਵਾਰ ਨੂੰ ਨਿਊਜ਼ ਏਜੰਸੀ ਸ਼ਨੂਆ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਕਰੀਬ 2:04 ਮਿੰਟ 'ਤੇ ਹੁਈ ਕਾਉਂਟੀ ਦੇ ਉਦਯੋਗਿਕ ਖੇਤਰ ਵਿੱਚ ਇੱਕ ਇਮਾਰਤ ਦੀ ਤੀਜੀ ਮੰਜ਼ਲ 'ਤੇ ਅੱਗ ਲੱਗਣ ਤੋਂ ਬਾਅਦ ਕਈ ਲੋਕ ਫਸ ਗਏ। ਅੱਗ ਲੱਗਣ ਕਾਰਨ ਕੱਟੋ-ਕੱਟ 11 ਲੋਕਾਂ ਦੀ ਮੌਤ ਹੋ ਗਈ। ਦੋ ਖੋਜ ਤੇ ਬਚਾਅ ਕਾਰਜਾਂ ਤੋਂ ਬਾਅਦ ਮੰਗਲਵਾਰ ਤੜਕੇ 4 ਵਜੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਗਈ ਫੈਕਟਰੀ ਨੂੰ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਅਗਵਾਈ ਵਾਲੇ ਸੱਤਾ ਧਿਰ ਕਟ ਜੋੜ ਅਤੇ ਵਿਰੋਧੀ ਧਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਅਸਿੱਧੇ ਤੌਰ ਤੇ ਗੱਲਬਾਤ ਦੇ ਲਈ ਕਮੇਟੀਆਂ ਦਾ ਗਠਨ ਕੀਤਾ ਇਸ ਤੋਂ ਸੰਕੇਤ ਮਿਲਦਾ ਹੈ ਕਿ ਇੱਕ ਸਾਲ ਤੋਂ ਜ਼ਿਆਦਾ ਸਮੇਂ ਦੇ ਤਣਾਅ ਤੋਂ ਬਾਅਦ ਦੋਹਾਂ ਸਿਆਸੀ ਧਿਰਾਂ ਵਿਚਾਲੇ ਸੁਲਾਹ ਸਮਝੌਤੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਮੀਡੀਆ ਚ ਇੱਕ ਖਬਰ ਵਿੱਚ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਜਮਾਤ-ਏ-ਇਸਲਾਮੀ ਮੁਖੀ ਸਿਰਾਜ ਉਲ ਹੱਕ ਦੀ ਮਦਦ ਦੇ ਨਾਲ ਦੋਹਾਂ ਧਿਰਾਂ ਵਿਚਾਲੇ ਅੜਿੱਕੇ ਨੂੰ ਤੋੜਿਆ ਜਾ ਸਕਿਆ ਹੈ ਹੱਕ ਨੇ ਪ੍ਰਧਾਨ ਮੰਤਰੀ ਸ਼ਹਾਬਾਜ਼ ਸ਼ਰੀਫ ਅਤੇ ਪੀਟੀਆਈ ਮੁਖੀ ਇਮਰਾਨ ਖਾਨ ਨੂੰ ਸ਼ਨੀਵਾਰ ਨੂੰ ਵੱਖ-ਵੱਖ ਮੁਲਾਕਾਤ ਕੀਤੀ ਸੀ ਅਤੇ ਕਿਹਾ ਸੀਗਾ ਕਿ ਚੋਣਾਂ ਦੇ ਮੁੱਦੇ ਤੇ ਗੱਲਬਾਤ ਲਈ ਦੋਹਾਂ ਧਿਰਾਂ ਨੂੰ ਹਾਂ ਪੱਖੀ ਪ੍ਰਕਿਰਿਆ ਮਿਲੀ ਹੈ ਹੁਣ ਦੋਵੇਂ ਪਾਰਟੀਆਂ ਸਿੱਧੇ ਗੱਲਬਾਤ ਦੀ ਥਾਂ ਜੇ ਆਈ ਰਾਂ ਹੀ ਗੱਲਬਾਤ ਕਰਨਗੇ ਔਰ ਪੀਐਮ ਐਲਐਨਏ ਗਲਬਾਤ ਦੀ ਜ਼ਿੰਮੇਵਾਰੀ ਆਯਾਦ ਸਾਦਕ ਅਤੇ ਸਾਦ ਰਫੀਕ ਨੂੰ ਦਿੱਤੀ ਹੈ ਜਦਕਿ ਪੀਟੀਆਈ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਪ੍ਰਵੇਸ਼ ਖਟਕ, ਮਹਿਮੂਦਰ, ਰਸ਼ੀਦ ਅਤੇ ਇਜਾਜ਼ ਚੌਧਰੀ ਸ਼ਾਮਲ ਹਨ ਪੀਐਮਐਲਐਨ ਦੇ ਸੂਤਰਾਂ ਦੇ ਮੁਤਾਬਕ ਸਾਦਕ ਅਤੇ ਰਫੀਕ ਨੂੰ ਗਲਬਾਤ ਲਈ ਜੀਆਈ ਨਾਲ ਸੰਪਰਕ ਕਰਨ ਦੀ ਆਗਿਆ ਦਿੱਤੀ ਗਈ ਹਾਲਾਂਕਿ ਪੀਟੀਆਈ ਨੇ ਆਮ ਚੋਣਾਂ ਦੀ ਤਾਰੀਖ ਦੀ ਮੰਗ ਦੇ ਆਪਣੇ ਰੁਖ ਨੂੰ ਦੁਹਰਾਇਆ ਹੈ ਮਾਸਕੋ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਕ੍ਰੈਮਲਿਨ ਦੇ ਇੱਕ ਚੋਟੀ ਦੇ ਵਿਰੋਧੀ ਨੂੰ ਦੇਸ਼ ਤ੍ਰੋ ਅਤੇ ਰੂਸੀ ਫੌਜ ਨੂੰ ਬਦਨਾਮ ਕਰਨ ਦੇ ਦੋਸ਼ਾਂ ਦੇ ਵਿੱਚ ਦੋਸ਼ੀ ਠਹਿਰਾਇਆ ਅਤੇ ਉਸ ਨੂੰ 25 ਸਾਲ ਦੀ ਕੈਦੀ ਸਜ਼ਾ ਸੁਣਾਈ। ਇੱਕ ਪ੍ਰਮੁੱਖ ਵਿਰੋਧੀ ਕਾਰਕੁਨ ਬਲਾਦੀਮੀਰ ਕਾਰਾ ਮੁਰਜ਼ਾ ਜੂਨੀਅਰ ਦੋ ਵਾਰ ਜ਼ਹਿਰਖਾਨ ਤੋਂ ਬਚ ਗਿਆ। ਉਸ ਨੇ ਇਸ ਲਈ ਰੂਸੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਕਾਰਾ ਮੁਰਜ਼ਾ ਇੱਕ ਸਾਲ ਪਹਿਲਾਂ ਗ੍ਰਿਫਤਾਰੀ ਤੋਂ ਬਾਅਦ ਜੇਲ੍ਹ ਵਿੱਚ ਹੈ। ਉਸ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਰਾਜਨੀਤਿਕ ਦਸਤਿਆਂ ਖਾਰਜ ਕਰ ਦਿੱਤਾ। ਅਤੇ ਸੋਵੀਅਤ ਤਾਨਾਸ਼ਾਹ ਦੇ ਸ਼ਾਸਨ ਜਾਨੀ ਕਿ ਸਟਾਲਿਨ ਦੇ ਸ਼ਾਸਨ ਦੌਰਾਨ ਉਸਤੇ ਖਿਲਾਫ ਚੱਲ ਰਹੀ ਨਿਆਂਇਕ ਕਾਰਵਾਈ ਦੀ ਤੁਲਨਾ ਸ਼ੋਰ ਟ੍ਰਾਇਲ ਨਾਲ ਕੀਤੀ ਕਾਰਾ ਮੁਰਜ਼ਾ ਨੇ 15 ਮਾਰਚ ਨੂੰ ਐਰੀਜ਼ੋਨਾ ਹਾਊਸ ਆਫ ਰਿਪ੍ਰেজੈਂਟੇਟਿਵ ਦੇ ਵਿੱਚ ਇੱਕ ਭਾਸ਼ਣ ਦਿੱਤਾ ਸੀ ਜਿਸ ਵਿੱਚ ਉਸਨੇ ਯੂਕਰੇਨ 'ਚ ਰੂਸ ਦੀਆਂ ਫੌਜੀ ਕਾਰਵਾਈਆਂ ਦੀ ਨਿੰਦਾ ਕੀਤੀ ਸੀ ਇਸ ਭਾਸ਼ਣ ਤੋਂ ਬਾਅਦ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਦੋਂ ਉਹ ਹਿਰਾਸਤ ਵਿੱਚ ਸੀ ਉਦੋਂ ਜਾਂਚ ਕਰਤਾਵਾਂ ਨੇ ਦੇਸ਼ ਧਰੋਹ ਦੇ ਦੋਸ਼ ਸ਼ਾਮਲ ਕੀਤੇ ਕਲਾਮਿਕ ਸਟੇਟ ਦੇ ਅਤਵਾਦੀਆਂ ਨੇ ਹਾਮਾ ਖੇਤਰ ਵਿੱਚ ਮੌਸਮੀ ਸਬਜ਼ੀ ਦੀ ਭਾਲ ਦੌਰਾਨ 31 ਲੋਕਾਂ ਦੀ ਹੱਤਿਆ ਕਰ ਦਿੱਤੀ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੇ ਅਨੁਸਾਰ ਇੱਕ ਹੋਰ ਘਟਨਾ ਵਿੱਚ 4 ਚਰਵਾਹੇ ਮਾਰੇ ਗਏ ਅਤੇ 2 ਹੋਰਾਂ ਨੂੰ ਆਈਐਸ ਜਿਹਾਦੀਆਂ ਨੇ ਅਗਵਾ ਕਰ ਲਿਆ। ਦੱਸਦੇ ਹਾਂ ਕਿ ਮਾਰੇ ਗਏ ਕੁੱਲ 31 ਲੋਕਾਂ 'ਚ 12 ਸਰਕਾਰੀ ਲੜਾਕੇ ਵੀ ਸ਼ਾਮਲ ਨੇ। ਉਹ ਸਾਰੇ ਹਾਮਾ ਦੇ ਪੂਰਬ ਵਿੱਚ ਮਾਰੂਥਲ 'ਚ ਟਫਲ ਇਕੱਠੇ ਕਰ ਰਹੇ ਸਨ ਜਦੋਂ ਉਨ੍ਹਾਂ ਨੇ ਇਹਨਾਂ ਲੋਕਾਂ ਨੂੰ ਮਾਰਿਆ। ਪਹਿਲਾਂ ਇਹ ਗਿਣਤੀ 26 ਦੱਸੀ ਜਾ ਰਹੀ ਸੀ ਜ਼ਿਕਰਯੋਗ ਹੈ ਕਿ ਸੀਰੀਆ 'ਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਘਰੇਲੂ ਯੁੱਧ ਕਾਰਨ ਲੋਕ ਆਰਥਿਕ ਤਬਾਹੀ ਨਾਲ ਜੂਝ ਰਹੇ ਨੇ ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਟਰਫਲਾਂ ਰਾਹੀਂ ਪੈਸੇ ਕਮਾਉਣ ਵਿੱਚ ਮਦਦ ਕੀਤੀ ਜਾਂਦੀ ਹੈ ਇਸ ਮੌਸਮੀ ਸਬਜ਼ੀ ਦੀ ਕੀਮਤ ਬਹੁਤ ਜ਼ਿਆਦਾ ਹੈ ਦੂਜੇ ਪਾਸੇ ਦੁਨੀਆ ਦੇ ਮੱਧ ਪੂਰਬ ਦੇ ਵਿੱਚ ਸਥਿਤ ਦੇਸ਼ ਸੀਰੀਆ 'ਚ ਇਸਲਾਮਿਕ ਸਟੇਟਸ ਸਮੂਹ ਦੇ ਅੱਤਵਾਦੀ ਇਹਨਾਂ ਦਿਨੀਂ ਕਿਸਤਾਨ ਰੇਗਿਸਤਾਨ 'ਚ ਟਰਫਲਾਂ ਯਾਨੀ ਕਿ ਸਬਜ਼ੀਆਂ ਦੀ ਭਾਲ ਕਰ ਰਹੇ ਨੇ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਉਸਨੇ ਹਾਲ ਹੀ ਚ 15 ਕਿਸਾਨਾਂ ਦਾ ਗळा ਵੱਢ ਕੇ ਕਤਲ ਕਰ ਦਿੱਤਾ ਸੀ ਸਿਰিয়ান ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੇ ਮੁਤਾਬਕ ਫਰਵਰੀ ਤੋਂ ਹੁਣ ਤੱਕ ਕਰੀਬ 230 ਲੋਕ ਮਾਰੇ ਜਾ ਚੁੱਕੇ ਨੇ ਕਈ ਕਿਸਾਨਾਂ ਨੂੰ ਅੱਤਵਾਦੀਆਂ ਨੇ ਟਰਾਫਲਾਂ ਦੀ ਪਾਲ ਕਰਦੇ ਸਮੇਂ ਗੋਲੀ ਮਾਰ ਦਿੱਤੀ ਸੀ ਜਦੋਂ ਕਿ ਯੁੱਧ ਦੌਰਾਨ ਵਿਛਾਈਆਂ ਬਰੂਦੀ ਸਰੰਗਾਂ ਕਾਰਨ ਕਈਆਂ ਦੀ ਜਾਨ ਚਲੀ ਗਈ ਸੀ ਉਂਝ ਤਾਂ ਤੁਸੀਂ ਅੱਜ ਤੱਕ ਕਈ ਅਜੀਬ ਵਰਲਡ ਰਿਕਾਰਡਸ ਬਾਰੇ ਪੜਿਆ ਤੇ ਸੁਣਿਆ ਹੋਏਗਾ ਜਿਨ੍ਹਾਂ ਤੇ ਕਈ ਵਾਰ ਵਿਸ਼ਵਾਸ ਕਰਨਾ ਮੁਸ਼ਕਿਲ ਹੁੰਦਾ ਹੈ ਹੁਣ ਜਿਵੇਂ ਇੱਕ ਵਾਰ ਫਰਤੋਂ ਕਮਾਲ ਦੇ ਰਿਕਾਰਡ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਿਸ ਬਾਰੇ ਜਾਣਨ ਤੇ ਤੁਸੀਂ ਹੈਰਾਨ ਹੋ ਜਾਓਗੇ ਇਹ ਰਿਕਾਰਡ ਹੈ ਦੁਨੀਆ ਦੀ ਸਭ ਤੋਂ ਲੰਬੀ ਨੱਕ ਦਾ ਜਿਸ ਨੂੰ ਪਿਛਲੇ 300 ਸਾਲਾਂ ਤੋਂ ਕੋਈ ਨਹੀਂ ਤੋੜ ਸਕਿਆ ਅਸੀਂ ਗੱਲ ਕਰ ਰਹੇ ਹਾਂ ਥਾਮਸ ਵਾਰਡ ਹਾਊਸ ਦੀ ਜਿਨ੍ਹਾਂ ਕੋਲ ਦੁਨੀਆ ਵਿੱਚ ਸਭ ਤੋਂ ਲੰਬੀ ਨੱਕ ਹੋਣ ਦਾ ਅਨੋਖਾ ਰਿਕਾਰਡ ਸ਼ਾਮਲ ਹੈ ਇਸ ਸ਼ਖਸ ਨੇ 300 ਸਾਲ ਦੇ ਇਸ ਰਿਕਾਰਡ ਨੂੰ ਹੁਣ ਤੱਕ ਬਰਕਰਾਰ ਰੱਖਦੇ ਹੋਏ ਗਿਨੀਜ਼ ਬੁੱਕ ਵਿੱਚ ਆਪਣਾ ਨਾਮ ਦਰਜ ਕਰਵਾਇਆ ਸੀ ਇਹ ਸ਼ਖਸ ਇੰਨਾ ਫੇਮਸ ਹੈ ਕਿ ਲੰਡਨ ਦੇ ਮਿਊਜ਼ੀਅਮ ਦੇ ਵਿੱਚ ਉਹਨਾਂ ਦੀ ਮੋਮਦੀ ਮੂਰਤੀ ਬਣਾਈ ਗਈ ਹੈ ਇਸ ਸ਼ਖਸ ਦਾ ਨਾਮ ਥੋਮਸ ਜਿਨ੍ਹਾਂ ਦੀਆਂ ਤਸਵੀਰਾਂ ਇਹਨਾਂ ਦਿਨੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਟਵਿੱਟਰ ਤੇ ਉਸ ਦੀਆਂ ਸਾਰੀਆਂ ਜਾਣਕਾਰੀਆਂ ਦੇ ਨਾਲ ਇੱਕ ਤਸਵੀਰ ਹੈ ਜਿਹੜੀ ਅਕਾਊਂਟ ਨਾਲ ਸ਼ੇਅਰ ਵੀ ਕੀਤਾ ਗਿਆ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗਿਨੀਸ ਵਰਲਡ ਰਿਕਾਰਡਸ ਦੀ ਵੈਬਸਾਈਟ ਤੇ ਇਸ ਸ਼ਖਸ ਨੂੰ ਲੈ ਕੇ ਇੱਕ ਪੇਜ ਵੀ ਹੈ ਇਸਦਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨ ਕੌਰ ਮਾਨੋ ਦਿਵਾਕਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ US City TV ਜ਼ਰੂਰ ਸਬਸਕ੍ਰਾਈਬ ਕਰੋ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ